ਚੰਡੀਗੜ੍ਹ ਦੇ ਨਾਲ ਨਾਲ ਜਿੰਨੇ ਪੰਜਾਬ ਦੇ ਬਾਰਡਰਸ ਏਰੀਆ ਖਾਸ ਤੌਰ ਤੇ ਉੱਥੇ ਨਾਕੇਬੰਦੀ ਕੀਤੀ ਗਈ ਹੈ ਔਰ ਜਿੰਨੇ ਵੀ ਹੋਟਲਸ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ, ਸਰਾਏ ਰੈਸਟੋਰੈਂਟ ਸਾਰਿਆਂ ਨੂੰ, ਕਿਉਂਕਿ ਜਿੰਨੇ ਵੀ ਆਊਟਸਾਈਡਰਸ ਨੇ ਉਹਨਾਂ ਨੂੰ ਕਿਸੇ ਨੂੰ ਵੀ ਇੱਥੇ ਨਹੀਂ ਰੁਕਣ ਦਿੱਤਾ ਜਾਏਗਾ। ਇਸ ਕਰਕੇ ਜਿੰਨੇ ਵੀ ਖਾਸ ਤੌਰ ਤੇ ਬਾਰਡਰਸ ਏਰੀਆ ਨੇ, ਅਸੀਂ ਚੰਡੀਗੜ੍ਹ ਪੰਜਾਬ ਦੇ ਬਾਰਡਰਸ ਏਰੀਆ ਮੌਜੂਦ ਹੈ ਜਿੱਥੇ ਖੁਦ ਸੀਨੀਅਰ ਅਫਸਰ ਪੂਰਾ ਜਾਇਜ਼ਾ ਲੈਂਦੇ ਨਜ਼ਰ ਆ ਰਹੇ ਨੇ। ਬਾਹਰ ਦੀ ਜਿਹੜੀ ਗੱਡੀਆਂ ਨੇ ਆਉਣ ਜਾਣ ਵਾਲੀ ਜਿਹੜੀ ਗੱਡੀਆਂ ਨੇ ਖਾਸ ਤੌਰ ਤੇ ਬਾਹਰ ਦੀ, ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬੈਡ ਅਨਸਰ, ਕੋਈ ਮਾਹੌਲ ਖਰਾਬ ਨਾ ਕਰੇ, ਕਿਉਂਕਿ ਹੁਣ 1 ਜੂਨ ਨੂੰ ਵੋਟਿੰਗ ਹੋਣੀ ਹੈ, ਜਿਸ ਕਰਕੇ ਪੂਰੀ ਤਿਆਰੀਆਂ ਜਿਹੜੀਆਂ ਪੁਲਿਸ ਵੱਲੋਂ ਕੀਤੀ ਗਈ ਹੈ। ਕੋਆਰਡੀਨੇਸ਼ਨ, ਕਿਉਂਕਿ ਬਾਰਡਰ ਏਰੀਆ ਚੰਡੀਗੜ੍ਹ ਦੇ ਨਾਲ ਨਾਲ ਅਸੀਂ ਗੱਲ ਕਰੀਏ ਪੰਜਾਬ ਦਾ, ਹਰਿਆਣਾ, ਹਿਮਾਚਲ ਦਾ ਏਰੀਆ ਜਿੱਥੇ ਪੂਰਾ ਬਾਰਡਰ ਏਰੀਆ ਲੱਗਦਾ, ਇਸ ਕਰਕੇ ਇਹੀ ਮੇਨ ਹੋ ਜਾਂਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬੈਡ ਅਨਸਰ, ਕੋਈ ਵਾਰਦਾਤ ਨੂੰ ਅੰਜਾਮ ਨਾ ਦੇ ਜਾਂ ਕਿਸੇ ਤਰ੍ਹਾਂ ਦੀ ਕੋਈ ਬੈਡ ਐਕਟੀਵਿਟੀ ਨਾ ਕਰੇ। ਸਾਡੇ ਨਾਲ ਚੰਡੀਗੜ੍ਹ ਦੇ SSP ਕਮਰਦੀਪ ਕੌਰ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਇਹ 48 ਘੰਟੇ, ਬਹੁਤ ਅਹਿਮ ਹੈ। ਮੈਮ, ਕਿਉਂਕਿ ਹੁਣ ਪੂਰਾ ਚੈਕਿੰਗਸ ਕੀਤੀ ਜਾ ਰਹੀ ਹੈ, ਤੁਹਾਡੇ ਵੱਲੋਂ ਪੂਰੀ ਬਰੀਫਿੰਗ ਵੀ ਕੀਤੀ ਗਈ ਹੈ, ਮਕਸਦ ਕੀ ਹੈ, ਕਿਉਂਕਿ 48 ਘੰਟੇ ਦੇ ਅੰਦਰ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਹੈ ਉਹ ਚੈਕਿੰਗ ਕੀਤੀ ਜਾਂਦੀ ਹੈ? ਲਾਸਟ ਦੇ 48 ਘੰਟੇ 'ਚ ਜੀ ਸਾਡੀ ਪੂਰੀ SOP ਰਹਿੰਦੀ ਹੈ ਕਿ ਜਿੰਨੇ ਵੀ ਬਾਹਰਲੇ ਬੰਦੇ ਜਿਹੜੇ ਆ ਤਾਂ ਕੈਂਪੇਨਿੰਗ ਲਈ, ਹੋਰ ਮਕਸਦ ਲਈ ਸ਼ਹਿਰ 'ਚ ਆਏ ਹੋਣ, ਉਹ ਸ਼ਹਿਰ ਏਰੀਆ ਛੱਡ ਕੇ ਚਲੇ ਜਾਣ। ਲੋਕਲ ਵੋਟਰ ਹੀ ਸ਼ਹਿਰ 'ਚ ਰਹਿਣ, ਉਸ ਤੋਂ ਇਲਾਵਾ ਕੋਈ ਵੀ ਆਊਟਸਾਈਡਰ ਸ਼ਹਿਰ 'ਚ ਨਾ ਹੋਵੇ। ਠੀਕ ਹੈ। ਇਸ ਤੋਂ ਇਲਾਵਾ ਜਿਹੜੇ ਵੀ ਹੁਣ ਇਸ ਤੋਂ ਬਾਅਦ 48 ਘੰਟੇ ਤੋਂ ਬਾਅਦ ਸ਼ਹਿਰ ਵਿੱਚ ਐਂਟਰ ਕਰਨ ਵਾਲੇ ਲੋਕ ਨੇ, ਉਹ ਵੀ ਕੋਈ ਮਕਸਦ ਦੇ ਨਾਲ ਹੀ ਅੰਦਰ ਆਉਣ, ਤੇ ਕੋਈ ਵੀ ਬਿਨਾਂ ਜਿਹਦਾ ਵੋਟਰ ਨਹੀਂ, ਵੋਟਰ ਕਾਰਡ ਸ਼ਹਿਰ ਦਾ ਨਹੀਂ ਹੈ, ਉਹਨੂੰ ਐਂਟਰ ਕਰਨ ਦਾ ਕੋਈ ਜੇ ਜਸਟੀਫਾਈਡ ਪਰਪਸ ਨਹੀਂ, ਉਹਨੂੰ ਅਸੀਂ ਚੈੱਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ ਮੈਮ, ਇਹਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ, ਜਿੱਦਾਂ ਤੁਸੀਂ ਕਿਹਾ ਕਿ ਹੋਟਲਸ ਵਗੈਰਾ ਆਊਟਸਾਈਡਰ ਜਿਹੜੇ ਹੈਗੇ, ਉਹ ਚੈਕਿੰਗ ਕਿਸ ਤਰ੍ਹਾਂ ਚੱਲ ਰਹੀ ਹੈ, ਕੋਆਰਡੀਨੇਸ਼ਨ ਕਿੱਦਾਂ? ਪੂਰੇ ਸ਼ਹਿਰ 'ਚ ਜੀ ਅਸੀਂ ਜਿੰਨੇ ਵੀ ਸਾਡੇ ਹੋਟਲਸ, ਮੋਟਲ, ਸਰਾਏ, ਧਰਮਸ਼ਾਲਾ, ਗੁਰਦੁਆਰੇ, ਮੰਦਰ, ਸਾਰਿਆਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਕਿ ਕੋਈ ਵੀ ਆਊਟਸਾਈਡਰ ਵੱਡੇ ਵੱਡੇ ਗਰੁੱਪਸ 'ਚ ਕੈਂਪੇਨਿੰਗ ਲਈ ਜਿਹੜੇ ਆਏ ਹੋਏ ਆ, ਉਹ ਆਪਣੇ ਟਾਈਮ ਸਿਰ ਹੀ ਸ਼ਹਿਰ ਤੋਂ ਬਾਹਰ ਚਲੇ ਜਾਣ, MCC ਦੀ ਵਾਇਲੇਸ਼ਨ ਕੋਈ ਨਾ ਹੋਵੇ, ਤੇ ਸ਼ਾਂਤੀਪੂਰਵਕ ਸਾਰੇ ਵੋਟਰਸ ਆਪਣੀ ਆਪਣੀ ਵੋਟ ਕਾਸਟ ਕਰ ਸਕਣ। ਠੀਕ ਹੈ ਮੈਮ, ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਖਾਸ ਤੌਰ ਤੇ ਬਾਰਡਰ ਏਰੀਆ, ਕਿਉਂਕਿ ਚੰਡੀਗੜ੍ਹ ਦੇ ਨਾਲ ਲੱਗਦਾ ਪੰਜਾਬ, ਹਰਿਆਣਾ, ਹਿਮਾਚਲ, ਕਿਸ ਤਰ੍ਹਾਂ ਕੋਆਰਡੀਨੇਸ਼ਨ ਕੀਤੀ ਜਾ ਰਹੀ? ਸਾਡੇ ਵੱਲੋਂ ਸਾਰੀ ਸਟੇਟਸ ਦੇ ਹੀ ਜ਼ਿਲ੍ਹਿਆਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ SSPs ਨਾਲ ਪੂਰੀ ਤਰ੍ਹਾਂ ਨਾਲ ਕੋਆਰਡੀਨੇਸ਼ਨ ਚੱਲ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਅਸੀਂ ਨਾਕਾ ਲਗਾਇਆ ਹੋਇਆ ਹੈ, ਤੇ ਇੱਥੇ ਜਿੰਨੇ ਵੀ ਅੰਦਰ ਇਨਕਮਿੰਗ ਟ੍ਰੈਫਿਕ ਆ ਉਹਨੂੰ ਚੈੱਕ ਕੀਤਾ ਜਾ ਰਿਹਾ ਹੈ। ਲਾਸਟ ਦੇ 48 ਘੰਟੇ 'ਚ ਕੋਈ ਸ਼ਰਾਬ ਜਾਂ ਪੈਸੇ ਦੀ ਵੰਡ ਨਾ ਹੋਏ, ਸ਼ਰਾਬ ਦੀ ਤਸਕਰੀ ਨਾ ਹੋਏ, ਨਸ਼ਲੀ ਤਸਕਰੀ ਨਾ ਹੋਏ, ਇਹਦੇ ਤੇ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਤਾਂ ਸ਼ੱਕੀ ਵਹੀਕਲ ਇਕੱਲੇ ਇਕੱਲੇ ਅਸੀਂ ਚੈੱਕ ਕਰ ਰਹੇ ਹਾਂ, ਤੇ ਸ਼ੱਕੀ ਏਰੀਆਜ਼ ਤੇ ਰੇਟਸ ਚੱਲ ਰਹੀਆਂ, ਤੇ ਹਰੇਕ ਤਰ੍ਹਾਂ ਦੇ ਜਿੱਥੇ ਜ਼ਿਆਦਾ ਲੋਕ ਆ ਕੇ ਰਹਿ ਸਕਦੇ ਆ ਉਹਨਾਂ ਨੂੰ ਖਾਲੀ ਕਰਾਇਆ ਜਾ ਰਿਹਾ ਹੈ। ਲਾਸਟ ਦੇ 48 ਘੰਟਿਆਂ 'ਚ, ਕਿਉਂਕਿ ਡਰਾਈ ਡੇ ਅੱਜ ਤੋਂ ਹੀ ਘੋਸ਼ਿਤ ਹੋ ਗਿਆ ਹੈ, ਸ਼ਾਮ ਨੂੰ 6 ਵਜੇ ਤੋਂ ਸਾਰੇ ਹੀ ਲਿਕਰ ਵੈਂਡਸ ਬੰਦ ਨੇ, ਕਿਸੇ ਵੀ ਹੋਟਲ ਜਾਂ ਕਿਸੇ ਵੀ ਰੈਸਟੋਰੈਂਟ 'ਚ ਵੀ ਸ਼ਰਾਬ ਨਹੀਂ ਸਰਵ ਕੀਤੀ ਜਾ ਸਕਦੀ, ਉਹ ਵੀ ਸਾਡੇ ਵੱਲੋਂ ਇਨਸ਼ੋਰ ਕੀਤਾ ਜਾ ਰਿਹਾ ਹੈ। ਬਾਰਡਰ ਏਰੀਆ ਦੀ ਤੁਸੀਂ ਗੱਲ ਕੀਤੀ, ਬਾਰਡਰ ਏਰੀਆ 'ਚ ਕਿਸ ਤਰ੍ਹਾਂ ਦੇ ਖਾਸ ਅਰੇਂਜਮੈਂਟ ਕੀਤੇ ਗਏ? ਬਾਰਡਰ ਏਰੀਆਜ਼ 'ਚ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਚੰਡੀਗੜ੍ਹ ਦੇ ਨਾਲ ਲੱਗਦੇ 38 ਬਾਰਡਰਸ ਨੇ, 38 ਬਾਰਡਰਸ ਵਿਦ ਪੰਚਕੂਲਾ ਤੇ ਮੋਹਾਲੀ। ਪੰਚਕੂਲਾ ਵਿੱਚ ਆਲਰੇਡੀ ਚੋਣਾਂ ਹੋ ਚੁੱਕੀਆਂ ਨੇ, ਤੇ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿ ਸਾਡੀ ਵੋਟਾਂ ਖਤਮ ਹੋਣ ਤੱਕ ਆਪਣੀ ਨਾਕਾਬੰਦੀ ਕਰਕੇ ਰੱਖਣ। ਮੋਹਾਲੀ ਵਿੱਚ ਸਾਡੇ ਨਾਲ ਹੀ ਵੋਟਾਂ ਨੇ, ਤੇ ਉਹ ਵੀ ਆਪਣੇ ਵੱਲੋਂ ਪੂਰੀ ਚੈਕਿੰਗ ਕਰ ਰਹੇ, ਤੇ ਅਸੀਂ ਪੋਲਿੰਗ ਸਟੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਸੈਂਸਿਟਿਵ ਪੋਲਿੰਗ ਸਟੇਸ਼ਨ ਜਿਹੜੇ ਹੈਗੇ, ਉੱਥੇ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਨੇ ਜਿਹੜੇ ਵਲਨਰੇਬਲ? ਪੂਰੇ ਚੰਡੀਗੜ੍ਹ 'ਚ 77 ਜਿਹੜੇ ਕ੍ਰਿਟੀਕਲ ਪੋਲਿੰਗ ਸਟੇਸ਼ਨ ਡਿਕਲੇਅਰ ਕੀਤੇ ਗਏ ਨੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਹਿਸਾਬ ਨਾਲ, ਤੇ ਉੱਥੇ ਹਰ ਜਗ੍ਹਾ ਸੈਂਟਰਲ ਪੈਰਾਮਿਲਟਰੀ ਫੋਰਸ ਦੇ ਜਵਾਨ ਤੈਨਾਤ ਰਹਿਣਗੇ ਚੰਡੀਗੜ੍ਹ ਪੁਲਿਸ ਤੋਂ ਇਲਾਵਾ। ਐਕਸਟਰਾ ਉੱਥੇ ਵਿਜਿਲ ਰੱਖੀ ਜਾਏਗੀ, ਸਾਰੇ ਪੋਲਿੰਗ ਸਟੇਸ਼ਨ ਕੈਮਰਾ ਨਾਲ ਕਵਰਡ ਨੇ, ਤੇ ਲਾਈਵ ਮੋਨੀਟਰਿੰਗ ਸਾਰੀ ਜਗ੍ਹਾ ਉਹਨਾਂ ਦੀ ਹੋਏਗੀ। ਠੀਕ ਹੈ, ਤੇ ਬਿਲਕੁਲ ਜਿੱਦਾਂ SSP ਚੰਡੀਗੜ੍ਹ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਖਾਸ ਤੌਰ ਤੇ ਬਾਰਡਰ ਏਰੀਆ ਬਹੁਤ ਜ਼ਰੂਰੀ ਹੋ ਜਾਂਦਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬੈਡ ਅਨਸਰ, ਬਾਹਰ ਦੀ ਜਿਹੜੀ ਗੱਡੀਆਂ ਨੇ
ਉਹਨਾਂ ਦੀ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਪੂਰੇ ਨਾਕੇ ਲਾ ਕੇ ਜਿੰਨੀ ਵੀ ਗੱਡੀਆਂ ਨੇ ਬਾਹਰ ਦੇ ਨੰਬਰ ਦੀ ਉਹਨਾਂ ਵੱਲੋਂ ਪੂਰਾ ਚੈੱਕ ਕੀਤਾ ਜਾ ਰਿਹਾ। ਯਾਨੀ ਕਿ ਮਕਸਦ ਇਹੀ ਹੈ ਕਿ ਇਹ 48 ਘੰਟੇ ਬਹੁਤ ਹੀ ਅਹਿਮ ਹੋ ਜਾਂਦੇ, ਕੋਈ ਵੀ ਤਸਕਰੀ ਨਾ ਹੋਵੇ ਜਾਂ ਫਿਰ ਕੋਈ ਆਊਟਸਾਈਡਰ ਜਿਹੜਾ ਹੈ ਉਹ ਬਾਹਰ ਜਿਹੜਾ ਉੱਥੇ ਕਿਸੇ ਤਰ੍ਹਾਂ ਦੀ ਕੋਈ ਬੈਡ ਆਂਸਰ ਨਾ ਕਰੇ, ਚੰਡੀਗੜ੍ਹ 'ਚ ਇੰਟਰ ਹੋ ਗਈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਬੈਡ ਆਂਸਰ ਜਿਹੜਾ ਇੰਟਰ ਨਾ ਹੋਵੇ। ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਬੈਡ ਜਿਹੜੀ ਚੀਜ਼ਾਂ ਨਾ ਹੋ, ਇਸ ਕਰਕੇ ਪੂਰੀ ਮੋਨੀਟਰਿੰਗ ਕੀਤੀ ਜਾ ਰਹੀ ਹੈ। ਖਾਸ ਤੌਰ 'ਤੇ ਜਿਹੜੇ ਹੋਟਲਸ ਨੇ ਆਊਟਸਾਈਡਰ ਅਲਾਓ ਨਹੀਂ ਕੀਤੇ ਗਏ ਨੇ ਬਾਰਡਰ ਏਰੀਆ 'ਤੇ, ਸਾਫ਼ ਤੌਰ 'ਤੇ ਮੋਨੀਟਰਿੰਗ ਜਿਹੜੀ ਹੈ ਸੀਸੀਟੀਵੀ ਲਾਏ ਗਏ ਨੇ, ਪੂਰਾ ਜਿਹੜਾ ਹੈਗਾ ਉਹ ਚੈਕਿੰਗ ਕੀਤੀ ਜਾ ਰਹੀ ਹੈ ਔਰ ਪੂਰੀ ਮੋਨੀਟਰਿੰਗ ਜਿਹੜੀ ਹੈ ਸੀ ਆਈ ਡੀ ਵਿੰਗ ਦੇ ਨਾਲ ਨਾਲ ਜਿਹੜੀ ਇੰਟੈਲੀਜੈਂਸ ਵਿੰਗ ਹੈ ਉਹ ਵੀ ਐਕਟਿਵ ਹੈ।